ਆਪਣੇ ਸ਼ਾਇਰਾਨਾ ਅਤੇ ਬੇਬਾਕ ਅੰਦਾਜ਼ ਨਾਲ ਵਿਰੋਧੀਆਂ ਨੂੰ ਖੁੰਝੇ ਲਗਾਉਣ ਵਾਲੇ ਸਿੱਧੂ ਦੇ ਲਈ ਬੀਤੀ ਕੱਲ੍ਹ ਇੱਕ ਰਾਹਤ ਦੇਣ ਵਾਲੀ ਖਬਰ ਆਈ ਅਤੇ ਦੋ ਖਬਰਾਂ ਇਹੋ ਜਿਹੀਆਂ ਆਈਆਂ ਜਿਸ ਨੇ ਸਿੱਧੂ ਨੂੰ ਮੁਸ਼ਕਲਾਂ ਦੇ ਵਿੱਚ ਪਾ ਦਿੱਤਾ। ਰਾਹਤ ਦੇਣ ਵਾਲੀ ਖਬਰ ਦੇ ਵਿੱਚ 19 ਅਕਤੂਬਰ ਨੂੰ ਹੋਏ ਰੇਲ ਹਾਦਸੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਅਤੇ ਮੈਜਿਸਟ੍ਰੇਟ ਜਾਂਚ ਵਿੱਚ ਕਿਹਾ ਗਿਆ ਕਿ ਬੇਸ਼ੱਕ ਰੇਲ ਲਾਈਨਾਂ ਉੱਤੇ ਖੜਨਾ ਲੋਕਾਂ ਦੀ ਗਲਤੀ ਸੀ, ਪਰ ਪ੍ਰਬੰਧਕਾਂ ਨੇ ਵੀ ਇਸ ਸਮਾਗਮ ਮੌਕੇ ਸੁਰੱਖਿਆ ਨੂੰ ਅਣਗੋਲਿਆ ਕੀਤਾ। ਇਸ ਜਾਂਚ ਰਿਪੋਰਟ ਵਿੱਚ ਪੁਲਿਸ ਅਤੇ ਮਿਊਂਸੀਪਲ ਕਾਰਪੋਰੇਸ਼ਨ ਨੂੰ ਵੀ ਕਾਨੂੰਨ ਦੀ ਪਾਲਣਾ ਨਾ ਕਰਵਾ ਸਕਣ ਲਈ ਦੋਸ਼ੀ ਠਹਿਰਾਇਆ ਗਿਆ ਅਤੇ ਇਸ ਦੇ ਨਾਲ ਹੀ ਹੋਈਆਂ ਅਣਗਹਿਲੀਆਂ ਦੇ ਲਈ ਜੋੜਾ ਫਾਟਕ ਵਿਖੇ ਰੇਲਵੇ ਕਰੋਸਿੰਗ ਦੇ ਗੇਟਮੈਨ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਗਿਆ। ਦੂਜੇ ਪਾਸੇ ਖਬਰ ਮਿਲੀ ਹੈ ਕਿ ਪਿਛਲੇ 17 ਦਿਨਾਂ ਤੋਂ ਸਿੱਧੂ ਨੇ 70 ਤੋਂ ਵੱਧ ਰੈਲੀਆਂ ਅਤੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਹੈ, ਜਿਸ ਨਾਲ ਉਹਨਾਂ ਦੇ ਗਲੇ ਵਿੱਚ ਕਾਫੀ ਜ਼ਖਮ ਹੋ ਗਏ ਹਨ ਅਤੇ ਆਵਾਜ਼ ਗ੍ਰੰਥੀਆਂ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ। ਡਾਕਟਰਾਂ ਨੇ ਸਿੱਧੂ ਨੂੰ 3 ਤੋਂ 5 ਦਿਨਾਂ ਤੱਕ ਪੂਰਾ ਆਰਾਮ ਕਰਨ ਲਈ ਕਿਹਾ ਹੈ ਅਤੇ ਜੇਕਰ ਸਿੱਧੂ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਦੀ ਆਵਾਜ਼ ਜਾਣ ਦਾ ਵੀ ਖਦਸ਼ਾ ਜਤਾਇਆ ਹੈ। ਇਸ ਤੋਂ ਪਹਿਲਾਂ ਇਹਨਾਂ ਰੈਲੀਆਂ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਵਿਰੋਧੀਆਂ ਨੂੰ ਖੁੰਝੇ ਲਗਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ, ਜਿਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਵੱਡੇ ਪੱਧਰ ਤੇ ਇਹਨਾਂ ਰੈਲੀਆਂ ਵਿੱਚ ਡਿਮਾਂਡ ਰਹੀ। ਪਰ ਨਵਜੋਤ ਸਿੰਘ ਸਿੱਧੂ ਵੱਲੋਂ ਰੈਲੀਆਂ ਦੌਰਾਨ ਵਿਰੋਧੀਆਂ ਉੱਤੇ ਹਮਲਾ ਕਰਨ ਸਮੇਂ ਯੋਗੀ ਆਦਿੱਤਿਆਨਾਥ ਬਾਰੇ ਕੁਝ ਇਹੋ ਜਿਹਾ ਬੋਲ ਦਿੱਤਾ, ਜਿਸ ਕਰਕੇ ਸਿੱਧੂ ਦਾ ਸਰ ਕਲਮ ਕਰਨ ਦਾ ਐਲਾਨ ਕੀਤਾ ਗਿਆ ਹੈ। ਸਿੱਧੂ ਨੇ ਇੱਕ ਰੈਲੀ ਦੌਰਾਨ ਯੋਗੀ ਆਦਿੱਤਿਆਨਾਥ ਨੂੰ ਕਿਹਾ ਸੀ ਕਿ ਯੋਗੀ ਨਹੀਂ ਹੈ, ਭੋਗੀ ਹੈ। ਸਮਝਤਾ ਕਿਆ ਹੈ ਆਪਣੇ ਆਪ ਕੋ? ਬੋਲੋ ਯੋਗੀ ਸਾਹਿਬ, ਆਪਣੇ ਘਰ ਮੇ ਜਾ ਕੇ ਦੇਖੋ, ਜਿਸ ਕੰਸਟੀਟਿਊਐਂਸੀ ਮੇ ਤੁਮ ਚੀਫ ਮਿਨਿਸਟਰ ਹੋ, 1.5 ਲੱਖ ਸੇ ਠੁਕੇ ਹੋ ਤੁਮ, ਠੁਕੇ ਹਾਰੇ ਹੋ। ਕਿਆ ਬਾਤ ਕਰਤੇ ਹੋ, ਉਲਟਾ ਚੋਰ ਕੋਤਵਾਲ ਕੋ ਡਾਂਟੇ, ਚੌਕੀਦਾਰ ਚੋਰ ਹੈ ਔਰ ਚੌਕੀਦਾਰ ਕਾ ਕੁੱਤਾ ਵੀ ਚੋਰ ਕੇ ਸਾਥ ਮਿਲਾ ਹੁਆ। ਆ ਮੈਦਾਨ ਮੇ ਯੋਗੀ ਕਾਹੇ ਕਾ ਯੋਗੀ, ਸਬਸੇ ਬੜਾ ਭੋਗੀ, ਠੋਕੋ ਔਰ ਸੱਤਾ ਕਾ ਲੋਭੀ, ਖੋਦ ਦੋ ਇਸਕੀ ਗੋਭੀ, ਠੋਕੋ ਤਾੜੀ, ਕਾਹੇ ਕਾ ਹੈ ਯੇ, ਹਵਾ ਮੇ ਬਾਤੇ ਕਰਤੇ ਹੈ ਯੇ ਲੋਗ। ਜਿਸ ਤੋਂ ਬਾਅਦ ਹਿੰਦੂ ਯੁਵਾ ਵਾਹਿਨੀ ਦੇ ਤਰੁਣ ਸਿੰਘ ਨੇ ਸਿੱਧੂ ਦੇ ਉਹਨਾਂ ਦੇ ਸ਼ਹਿਰ ਆਉਣ ਉੱਤੇ ਡਕਰੇ ਕਰਨ ਦੀ ਧਮਕੀ ਦਿੱਤੀ ਹੈ ਤੇ ਕਿਹਾ ਹੈ ਕਿ ਜਿਹੜਾ ਸਿੱਧੂ ਦਾ ਸਰ ਕਲਮ ਕਰੇਗਾ ਉਸ ਨੂੰ 1 ਕਰੋੜ ਦਾ ਇਨਾਮ ਦਿੱਤਾ ਜਾਵੇਗਾ। ਇਸ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਿੱਧੂ ਦੇ ਪੱਖ ਵਿੱਚ ਉਤਰੇ ਅਤੇ ਬੀਜੇਪੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਦੇਸ਼ ਵਿੱਚ ਸਿਰਫ ਉਹੀ ਜ਼ਿੰਦਾ ਰਹੇਗਾ ਜੋ ਬੀਜੇਪੀ ਦੀ ਗੁਲਾਮੀ ਕਰੇਗਾ। ਦਿੱਲੀ ਦੇ ਮੁੱਖ ਮੰਤਰੀ ਨੇ ਟਵੀਟ ਕਰ ਲਿਖਿਆ ਕਿ ਬੀਜੇਪੀ ਦਾ ਸਾਫ਼ ਸੰਦੇਸ਼ ਹੈ ਕਿ ਜੋ ਉਹਨਾਂ ਦੀ ਗੁਲਾਮੀ ਕਬੂਲ ਕਰੇਗਾ ਸਿਰਫ ਉਸੇ ਨੂੰ ਹੀ ਇਸ ਦੇਸ਼ ਵਿੱਚ ਜ਼ਿੰਦਾ ਰਹਿਣ ਦਿੱਤਾ ਜਾਵੇਗਾ, ਚਾਹੇ ਉਹ ਮੁਸਲਮਾਨ, ਹਿੰਦੂ, ਸਿੱਖ, ਜੈਨ, ਈਸਾਈ ਜਾਂ ਕਿਸੇ ਧਰਮ ਦਾ ਵੀ ਹੋਵੇ। ਉਹਨਾਂ ਲਿਖਿਆ ਹੈ ਕਿ ਜੋ ਬੀਜੇਪੀ ਖਿਲਾਫ਼ ਬੋਲੇਗਾ ਉਸ ਦਾ ਕਤਲ ਕਰ ਦਿੱਤਾ ਜਾਵੇਗਾ।